ਜ਼ਿਲ੍ਹਾ ਭਾਇਲ ਕਾ ਦੀ ਹੋਰ ਸੀਟ ਮੰਨੀ ਜਾ ਰਹੀ ਜਲਾਲਾਬਾਦ ਵਿੱਚ ਮੌਜੂਦ ਹੈਗੇ ਆ ਇੱਥੇ ਮਕੌਲਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਤੋਂ ਉਮੀਦਵਾਰ ਡਾਕਟਰ ਮੋਹਨ ਸਿੰਘ ਫਲੀਆਂਵਾਲਾ ਤੇ ਜੇ ਆਮ ਆਦਮੀ ਪਾਰਟੀ ਤੋਂ ਗੱਲ ਕਰਦੇ ਆ ਤਾਂ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਤੇ ਪੂਰਨ ਸਿੰਘ ਬਜੈਦੀਆ ਭਾਜਪਾ ਤੋਂ ਉਮੀਦਵਾਰ ਨੇ ਅੱਜ ਸਾਡੇ ਨਾਲ ਗੁਰੂ ਹਰਸਾਹਿਬ ਲਾਈਵ ਤੇ ਡਾਕਟਰ ਮੋਹਨ ਸਿੰਘ ਫਲੀਆਂਵਾਲਾ ਜੀ ਨੇ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਥੈਂਕ ਯੂ ਜੀ ਸਾਹਿਬ ਕੰਮ ਸਟਾਰਟ ਹੋ ਗਿਆ ਆਖਰੀ ਜਿਹੜੇ ਹੈਗਾ ਪ੍ਰਚਾਰ ਆਖਰੀ ਸਾਵਾਂ ਤੇ ਆ ਕੱਲ ਪ੍ਰਚਾਰ ਥੰਮ ਜਾਣਾ ਹੈਗਾ ਪਿੰਡਾਂ ਚ ਗਏ ਉਹ ਲਗਾਤਾਰ ਕੀ ਹੰਗਾਰਾ ਮਿਲਿਆ ਹੈਗਾ ਮੁਕਾਬਲਾ ਸਖਤ ਹੈ ਬਹੁਤ ਵਧੀਆ ਰਿਸਪੌਂਸ ਹੈ ਜਨਤਾ ਦਾ ਕਿਉਂਕਿ ਮੈਂ ਕੋਈ ਇਸ ਹਲਕੇ ਵਾਸਤੇ ਨਵਾਂ ਨਹੀਂ ਪਹਿਲਾਂ ਮੈਂ ਤਾਂ ਦੋ ਵਾਰੀ ਮੈਂਬਰ ਪਾਰਲੀਮੈਂਟ ਬਣ ਚੁੱਕਿਆ ਔਰ ਅੱਜ ਫੇਰ ਕਾਂਗਰਸ ਪਾਰਟੀ ਨੇ ਮੈਨੂੰ ਆਪਣਾ ਉਮੀਦਵਾਰ ਬਣਾ ਕੇ ਤੇ ਜਲਾਲਾਬਾਦ ਦੀ ਜਨਤਾ ਦੀ ਸੇਵਾ ਕਰਨ ਵਾਸਤੇ ਭੇਜਿਆ ਬੜਾ ਵਧੀਆ ਮਤਲਬ ਲੋਕਾਂ ਦੇ ਵਿੱਚ ਚਾਹ ਹੈ ਇੱਕ ਕਿ ਸਾਡੇ ਪੁਰਾਣੇ ਹੰਡੇ ਹੋਏ ਵਰਤੇ ਹੋਏ ਕੈਂਡੀਡੇਟ ਸਾਡੇ ਕੋਲ ਆਏ ਸਾਨੂੰ ਖੁਸ਼ੀ ਹੈ ਮੈਂ ਜਿੱਥੇ ਨਹੀਂ ਵੀ ਪਹੁੰਚ ਸਕਿਆ ਆਪਣੇ ਲੈਵਲ ਤੇ ਹੀ ਵਰਕਰ ਜਿਹੜੇ ਨੇ ਦਿਨ ਰਾਤ ਕਰਕੇ ਲੱਗੇ ਹੋਏ ਨੇ ਬੇਸ਼ੱਕ ਟਿਕਟ ਸਾਡੀ ਲਾਸਟ ਤੇ ਅਨਾਉਂਸ ਹੋਈ ਹੈ ਪਰ ਸਾਨੂੰ ਉਹਦਾ ਕੋਈ ਅਸਰ ਨਹੀਂ ਹੈਗਾ ਬਹੁਤ ਵੱਡੇ ਪੱਧਰ ਤੇ ਜਨਤਾ ਜਿਹੜੀ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿਨ ਰਾਤ ਕਰਕੇ ਤੇ ਮੇਰਾ ਸਹਿਯੋਗ ਕਰ ਰਹੀ ਹੈ ਜਿੰਦਗੀ ਦਾ ਬੜਾ ਤਜਰਬਾ ਰਿਹਾ ਹੈ ਤੁਹਾਡਾ ਦੋ ਵਾਰ ਐਮਪੀ ਵੀ ਬੰਦੇ ਹੋ ਹੋਰ ਇਲੈਕਸ਼ਨ ਵੀ ਲੜਦੇ ਹੋ ਪਿਛਲੀ ਵਾਰ ਦਿਹਾਤੀ ਤੋਂ ਝਾੜੂ ਤੋਂ ਵੀ ਲੜਦੇ ਹੋ ਐਕਤੀ ਜਿਹੜਾ ਇਲੈਕਸ਼ਨ ਲੜ ਰਿਹਾ ਹੋ ਕਿਉਂਕਿ ਪੰਜਾਬ ਦੇ ਜਿਹੜੇ ਸੁਖਬੀਰ ਸਿੰਘ ਬਾਦਲਾ ਪ੍ਰਧਾਨ ਆ ਸ਼ਰਮਣੀ ਕਾਲੀ ਦਾ ਉਹਨਾਂ ਦੇ ਨਾਲ ਮੁਕਾਬਲਾ ਹੈਗਾ ਕਿਵੇਂ ਦੇਖਦੇ ਹੋ ਮੈਨੂੰ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੈਂ ਇੱਕ ਪੰਜਾਬ ਦੇ ਡਿਪਟੀ ਸੀਐਮ ਨਾਲ ਤੇ ਜਿਨ੍ਹਾਂ ਦੇ ਫਾਦਰ ਸਾਹਿਬ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਬਣੇ ਹੈ ਮੇਰਾ ਮੁਕਾਬਲਾ ਉਹਨਾਂ ਦੇ ਨਾਲ ਹੈ ਔਰ ਇਹ ਮੁਕਾਬਲਾ ਜਿਹੜਾ ਹੈ ਉਹ ਸਾਰੀ ਦੁਨੀਆ ਦੇਖ ਰਹੀ ਹੈ ਇਸ ਕਰਕੇ ਮੈਂ ਜਦ ਵੀ ਇਲੈਕਸ਼ਨ ਜਿੱਤੇ ਹੈ ਨਾ ਤੇ ਮੈਂ ਵੱਡੇ ਥੰਮਾ ਦੇ ਨਾਲ ਮੇਰੀ ਲੜਾਈ ਲੱਗੀ ਹੈ ਜਦ ਮੈਂ ਪਹਿਲਾ ਇਲੈਕਸ਼ਨ बसपा ਤੋਂ ਜਿੱਤਿਆ ਉਸ ਵਕਤ ਵੀ ਮੈਂ ਕਾਂਗਰਸ ਦੇ ਜਿਹੜਾ ਸਟੇਟ ਪ੍ਰੈਜ਼ੀਡੈਂਟ ਨੂੰ ਹਰਾਇਆ ਸੀ ਅੱਜ ਵੀ ਜਿਹੜਾ ਮੇਰਾ ਅਕਾਲੀ ਦਲ ਦੇ ਸਟੇਟ ਪ੍ਰੈਜ਼ੀਡੈਂਟ ਨਾਲ ਮੁਕਾਬਲਾ ਹੈ ਇਸ ਕਰਕੇ ਮੈਨੂੰ ਬੜਾ ਵਧੀਆ ਲੱਗ ਰਿਹਾ ਹੈ ਤੇ ਜਨਤਾ ਜਿਹੜੀ ਹੈ ਮੈਨੂੰ ਪੂਰਾ ਸਹਿਯੋਗ ਕਰ ਰਹੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਨਤਾ ਮੇਰੀ ਇਮਾਨਦਾਰੀ ਨੂੰ ਦੇਖਦੇ ਹੋਏ ਮੇਰੀ ਸ਼ਰਾਫਤ ਨੂੰ ਦੇਖਦੇ ਹੋਏ ਮੇਰੇ ਪਿਛਲੇ ਕੀਤੇ ਹੋਏ ਨੇਕ ਕੰਮਾਂ ਨੂੰ ਦੇਖਦੇ ਹੋਏ ਜਨਤਾ ਜਿਹੜੀ ਹੈ ਮੈਨੂੰ ਪੂਰਨ ਸਮਰਥਨ ਕਰੇਗੀ ਔਰ ਵਧੀਆ ਰਿਜ਼ਲਟ ਜਿਹੜਾ ਉਹ ਆਏਗਾ ਰਮਿੰਦਰ ਔਲਾ ਇੱਥੋਂ ਚਲੇ ਜਾਂਦੇ ਆ ਜਿਮਣੀ ਚੋਣੋਂ ਲੜਦੇ ਹੈਗੇ ਆ ਲੋਕਾਂ ਦੇ ਵਿੱਚ ਰੋਸ ਹੈਗਾ ਕਾਂਗਰਸ ਪ੍ਰਤੀ ਇਹ ਕਹਿੰਦੇ ਟਿਕਟ ਲੈਡ ਦਿੱਤੀ ਆ ਇਹ ਕਹਿੰਦੇ ਰਮਿੰਦਰ ਔਲਾ ਇੱਥੇ ਇਲੈਕਸ਼ਨ ਕਿਉਂ ਨਹੀਂ ਲੜਿਆ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਰਮਿੰਦਰ ਆਵਲਾ ਜੀ ਨੇ ਇਲੈਕਸ਼ਨ ਲੜਿਆ ਪਰ ਥੋੜਾ ਵਿੱਚੋਂ ਸੀਗਾ ਵੀ ਉਹ ਗੁਰੂ ਹਰਸਾਏ ਤੋਂ ਲੜਨਗੇ ਤਾਂ ਕਰਕੇ ਉਹਨਾਂ ਨੇ ਥੋੜਾ ਇੱਥੋਂ ਆਪਣਾ ਗੁਰੂ ਹਰਸਾਏ ਦੇ ਵਿੱਚ ਐਕਟੀਵਿਟੀਜ਼ ਸ਼ੁਰੂ ਕੀਤੀ ਹੈ ਲੇਕਿਨ ਜਦੋਂ ਪਾਰਟੀ ਨੇ ਕਿਹਾ ਕਿ ਗੁਰੂ ਹਰਸਾਏ ਤੋਂ ਵੀ ਨਹੀਂ ਲੜਨਾ ਤਾਂ ਤੁਸੀਂ ਜਲਾਲਾਬਾਦ ਗੁਰੂ ਸਹਾ ਹੋਰ ਆਸ-ਪਾਸ ਦੇ ਜਿਹੜੇ ਹਲਕੇ ਐ ਉਹਨਾਂ ਨੂੰ ਦੇਖਣਾ ਤਾਂ ਉਹ ਵੀ ਲੱਗੇ ਹੋਏ ਐ ਮੇਰੇ ਨਾਲ 2-3 ਦਿਨ ਲਗਵਾ ਕੇ ਗਿਆ ਤੇ ਅੱਜ ਵੀ ਅਸੀਂ ਉਹਨਾਂ ਨੂੰ ਬੁਲਾਇਆ ਹੈ ਮੇਰੇ ਨਾਲ ਬਾਜ਼ਾਰ ਜਿਹੜਾ ਹੈ ਉਹ ਆਪ ਖੁਦ ਕਰਵਾਣਗੇ ਆਪਣੀ ਟੀਮ ਜਿਹੜੀ ਹੈ ਉਹਨਾਂ ਨੇ ਭੇਜ ਦਿੱਤੀ ਹੈ ਅਸੀਂ ਸਾਰੇ ਅੱਜ ਜਿਹੜਾ ਬਾਜ਼ਾਰ ਦਾ ਡੋਰ ਟੂ ਡੋਰ ਕਰਕੇ ਤੇ ਇੱਕ ਬੜਾ ਵਧੀਆ ਕਿਉਂਕਿ ਅਰਨੀ ਵਾਲਾ ਏਰੀਆ ਜਿਹੜਾ ਮੈਨੂੰ ਲੱਗਦਾ ਸੀ ਕਿ ਵੀਕ ਹੈ ਲੇਕਿਨ ਮੈਂ ਜਦੋਂ ਅਰਨੀ ਵਾਲੇ ਏਰੀਏ ਦੇ ਵਿੱਚ ਗਿਆ ਤਾਂ ਬਹੁਤ ਸਾਰੇ ਜ਼ਿਮੀਂਦਾਰ ਜਿਸ ਤਰ੍ਹਾਂ ਬੰਨਾ ਵਾਲਾ ਹੈ ਪੱਕਾ ਹੈ ਕੜਿਆਣਾ ਹੈ ਮਾਹੂਆ ਮਾਹੂਆਣਾ ਮੋਲਿਆਂ ਵਾਲੀ ਟਿੱਪਾਂ ਵਾਲਾ ਅ ਅਮ ਬੁਰਜਾ ਹਨਮਾਨਗਾੜਾ ਆਪਣਾ ਕੰਦ ਵਾਲਾ ਹਾਜ਼ਰ ਖਾਂ ਟਾਲੀ ਵਾਲਾ ਜੱਟਾ ਹੈ ਕਮਾਲ ਵਾਲਾ ਇੱਕ ਜੱਟ ਬੈਲਟ ਹੈ ਮਤਲਬ ਇੰਨਾ ਰਿਸਪੌਂਸ ਮੈਨੂੰ ਪਹਿਲਾਂ ਕਦੇ ਨਹੀਂ ਮਿਲਿਆ ਤੇ ਜਿਹੜੇ ਸਾਡੇ ਪੁਰਾਣੇ ਮੇਰੇ ਸਾਥੀ ਸੀਗੇ ਉਹ ਵੀ ਉਹਨਾਂ ਨੂੰ ਵੀ ਸ਼ੌਂਕ ਤੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੋਈ ਹੈ ਕਿ ਸਾਨੂੰ ਇੱਕ ਪੁਰਾਣੇ ਜਿਨ੍ਹਾਂ ਦੇ ਨਾਲ ਅਸੀਂ ਵਰਤੇ ਹੋਏ ਤੇ ਹਰ ਮੌਕੇ ਸਾਡੀ ਉਹਨਾਂ ਨੇ ਸੇਵਾ ਕੀਤੀ ਹੈ ਖਾਸ ਕਰਕੇ ਜਿਹੜੇ ਦਲਿਤ ਸਮਾਜ ਦੇ ਵਲੰਟੀਅਰ ਹੈ ਵਰਕਰ ਹੈ ਉਹਨਾਂ ਦੇ ਵਿੱਚ ਇੱਕ ਬਹੁਤ ਖੁਸ਼ੀ ਹੈ ਕਿ ਸਾਡੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਵਾਸਤੇ ਜਾ ਰਹੇ ਨੇ ਤੇ ਉਹ ਦਿਨ ਰਾਤ ਕਰਕੇ ਲੱਗੇ ਹੋਏ ਚੰਨੀ ਦੀ ਗੱਲ ਆਈ ਹੈਗੀ ਹੈ ਕੱਲ ਫਿਰੋਜ਼ਪੁਰ ਵੀ ਆਉਂਦੇ ਆ ਗੁਰੂ ਹਰਸਾਏ ਆਉਂਦੇ ਆ ਇੱਥੇ ਕਿਉਂ ਨਹੀਂ ਇੱਥੇ ਕੋਈ ਤੁਹਾਡਾ ਵੱਡਾ ਜਿਹੜਾ ਹੈਗਾ ਲੀਡਰ ਆ ਜੇ ਤਾਂ ਕੋਈ ਵੱਡਾ ਪ੍ਰਚਾਰਕ ਨਹੀਂ ਪਹੁੰਚਿਆ ਕੀ ਕਰ ਰਹੇ ਆ ਦੇਖੋ ਅਸੀਂ ਸੈਂਟਰ ਲੀਡਰਸ਼ਿਪ ਦੀ ਮੰਗ ਕੀਤੀ ਹੈ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਔਰ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਅਸੀਂ ਦਫ਼ਤਰ ਲਿਖਾਇਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਚਾਹੀਏ ਇੱਕ ਘੰਟਾ ਹੀ ਦੇ ਦਿਓ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਅੱਜ ਤੱਕ ਸਾਨੂੰ ਜਿਹੜਾ ਉਹ ਅਸੀਂ ਲਾਸਟ ਦਿਨ ਦਾ ਹੀ ਮੰਗਿਆ 18 ਤਰੀਕ ਦਾ ਹੀ ਮੰਗਿਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਅੱਜ ਸਾਨੂੰ ਮੈਸੇਜ ਆ ਜਾਏਗਾ ਕਿ ਅਸੀਂ ਕੱਲ ਉਹਨਾਂ ਦਾ ਰੋਡ ਸ਼ੋ ਵੀ ਜਿਹੜਾ ਉਹ ਕਰਾਂਗੇ ਟੱਕਰ ਦੇ ਪਾਓਗੇ ਸੁਖਵੀਰ ਸਿੰਘ ਬਾਦਲ ਬਹੁਤ ਵਧੀਆ ਟੱਕਰ ਕਿਉਂਕਿ ਟੱਕਰ ਮੇਰਾ ਕੰਮ ਹੈ ਪ੍ਰਚਾਰ ਕਰਨਾ ਮੇਰਾ ਕੰਮ ਹੈ ਆਪਣੀ ਗੱਲ ਕਹਿਣਾ ਟੱਕਰ ਜਿਹੜੀ ਉਹ ਜਨਤਾ ਖੁਦ ਆਪ ਦੇ ਰਹੀ ਹੈ ਔਰ ਵਧੀਆ ਜਿਹੜਾ ਉਹ ਰਿਜ਼ਲਟ ਜਨਤਾ ਦਿਖਾਈ ਦਿਖਾਏਗੀ ਜਨਤਾ ਰਿਜ਼ਲਟ ਦਿਖਾਉਗੀ ਵੋਟਾਂ ਨੇੜੇ ਆਈਆਂ ਵੋਟਾਂ ਪੈਣ ਤੋਂ ਬਾਅਦ ਵੋਟਾਂ ਪੈਣ ਤੋਂ ਬਾਅਦ ਜਨਤਾ ਦਾ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਆ ਜਾਣਾ ਹੈ ਸੰਨ ਡਾਕਟਰ ਮੋਹਨ ਸਿੰਘ ਫਲੀਆਂ ਵਾਲਾ ਸਾਬਕਾ ਸੰਸਦ ਨੇ ਦੋ ਵਾਰ ਫਿਰੋਜ਼ਪੁਰ ਲੋਕ ਸਭਾ ਸੀਟ ਜਿੱਤੇ ਆ ਤੇ ਤਜਰਬਾ ਨਵਾਂ ਨਹੀਂ ਹੈਗਾ ਤਜਰਬਾ ਪੁਰਾਣਾ ਹੈ ਇਲੈਕਸ਼ਨ ਲੜਨ ਦਾ ਤੇ ਟੱਕਰ ਦੇ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਲਾਲਾਬਾਦ ਸੀਟ ਤੋਂ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਹਰਸਾਹਿਬ ਲਾਈਵ